ਡੀਅਰ ਸਟੂਡੈਂਟਸ, ਵੈਲਕਮ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਮੈਥਮੈਟਿਕਸ ਦਾ ਪੰਜਾਬੀ ਮੀਡੀਅਮ ਦੇ ਵਿੱਚ ਜਿਹੜਾ ਲੈਸਨ ਪਲਾਨ ਹੈ ਕਿਵੇਂ ਬਣਾਉਣਾ ਉਹਦੇ ਬਾਰੇ ਡਿਸਕਸ ਕਰਾਂਗੇ। ਪੈਟਰਨ ਸੇਮ ਹੀ ਹੁੰਦਾ ਸਾਰੇ ਲੈਸਨ ਪਲਾਨ ਬਣਾਉਣ ਦਾ, ਬਸ ਤੁਸੀਂ ਆਪਣੇ ਜਿਹੜਾ ਤੁਹਾਡਾ ਸਬਜੈਕਟ ਹੁੰਦਾ ਉਹਦੇ ਅਕੋਰਡਿੰਗ ਜਿਹੜੀ ਚੇਂਜਸ ਨੇ ਉਹ ਲੈ ਕੇ ਆਉਣੀ ਹੁੰਦੀਆਂ ਨੇ। ਸਬਜੈਕਟ ਦੇ ਵਿੱਚ ਫਿਰ ਤੁਸੀਂ ਆਪਣਾ ਟੋਪਿਕ ਦੇਖਣਾ, ਜਿਵੇਂ ਕਿ ਸਭ ਤੋਂ ਪਹਿਲਾਂ ਤੁਸੀਂ ਆਪਣਾ ਕਾਲਜ ਰੋਲ ਨੰਬਰ, ਕੀ ਸਬਜੈਕਟ ਹੈ ਤੁਹਾਡਾ, ਕਿਹੜਾ ਉਪ ਵਿਸ਼ਾ ਲਿਆ ਉਹ ਜ਼ਰੂਰ ਇੱਥੇ ਨੋਟ ਕਰਨਾ, ਕਿਹੜੀ ਕਲਾਸ ਹੈ ਅਤੇ ਸਮਾਂ ਜਿਵੇਂ ਕਿ 35-40 ਮਿੰਟ ਜਾਂ 30 ਤੋਂ 35 ਮਿੰਟ ਲਿਖਿਆ ਜਾਂਦਾ, ਅਤੇ ਫਿਰ ਤੁਸੀਂ ਨੇ ਤਾਰੀਖ ਲਿਖਣੀ ਹੈ। ਫਿਰ ਸਧਾਰਨ ਸਮੱਗਰੀ, ਹੁਣ ਸਧਾਰਨ ਸਮੱਗਰੀ ਸਾਨੂੰ ਜ਼ਰੂਰਤ ਪੈਂਦੀ ਹੈ ਜਮਾਤ ਦਾ ਕਮਰਾ, ਬਲੈਕਬੋਰਡ, ਚਾਕ, ਚਾਰਟ ਵਗੈਰਾ। ਫਿਰ ਉਪ ਵਿਸ਼ੇ ਦੇ ਨਾਲ ਸੰਬੰਧਿਤ ਸਾਨੂੰ ਕੀ ਚਾਹੀਦਾ ਹੈ, ਚਾਰਟ, ਜ਼ਰੂਰੀ ਨਹੀਂ ਕਿ ਸਾਰਿਆਂ ਨਾਲ ਸੰਬੰਧਿਤ ਚਾਰਟ ਹੋਵੇ। ਫਿਰ ਤੁਸੀਂ ਨੇ ਆਮ ਉਦੇਸ਼ ਲਿਖਣੇ ਨੇ, ਫਿਰ ਲਿਖਣੇ ਨੇ ਖਾਸ ਉਦੇਸ਼। ਖਾਸ ਉਦੇਸ਼ ਤੁਹਾਡੇ ਉਪ ਵਿਸ਼ੇ ਦੇ ਨਾਲ ਸੰਬੰਧਿਤ ਹੁੰਦੇ ਨੇ, ਜਿਵੇਂ ਕਿ ਸਾਡਾ ਜਿਹੜਾ ਉਪ ਵਿਸ਼ਾ ਉਹ ਹੈ ਪਰਮੇਯ ਸੰਖਿਆਵਾਂ ਦਾ ਸੰਖਿਆ ਰੇਖਾ ਅਤੇ ਨਿਰੂਪਣ, ਅਤੇ ਫਿਰ ਅਸੀਂ ਇਹਦੇ ਨਾਲ ਸੰਬੰਧਿਤ ਹੀ ਜਿਹੜਾ ਸਾਡਾ ਵਿਸ਼ੇਸ਼ ਉਦੇਸ਼ ਹੈ ਉਹ ਲਿਖਾਂਗੇ। ਫਿਰ ਉਸ ਤੋਂ ਬਾਅਦ ਹੈ ਪੂਰਵ ਗਿਆਨ ਦੀ ਪਰਖ। ਪੂਰਵ ਗਿਆਨ ਦੀ ਪਰਖ ਕਰਨ ਦੇ ਲਈ ਤੁਸੀਂ ਜਿਹੜੇ ਦੋ ਕੋਲਮ ਨੇ ਉਹ ਬਣਾ ਲੈਣੇ ਨੇ, ਇੱਕ ਦੇ ਵਿੱਚ ਤੁਸੀਂ ਨੇ ਪ੍ਰਸ਼ਨ ਅਤੇ ਦੂਸਰੇ ਦੇ ਵਿੱਚ ਉੱਤਰ। ਪ੍ਰਸ਼ਨ ਤੁਸੀਂ ਨੇ ਬੱਚਿਆਂ ਤੋਂ ਉਹ ਪੁੱਛਣੇ ਹੈ ਸੌਖੇ ਜੇ, ਜਿਹਦੇ ਨਾਲ ਅਸੀਂ ਜਿਹੜਾ ਅਸੀਂ ਟੋਪਿਕ ਕਰਾਉਣਾ ਹੈ ਉੱਥੇ ਅਸੀਂ ਪਹੁੰਚ ਸਕੀਏ। ਇੱਕ ਸਾਈਡ ਤੁਸੀਂ ਪ੍ਰਸ਼ਨ ਲਿਖੋਗੇ ਕੋਲਮ ਬਣਾ ਕੇ ਅਤੇ ਦੂਸਰੀ ਸਾਈਡ ਉੱਤਰ। ਜਿਹੜੇ ਉੱਤਰ ਨੇ ਇਹ ਵਿਦਿਆਰਥੀਆਂ ਦੇ ਵੱਲੋਂ ਅਸੀਂ ਅਜ਼ਿਊਮ ਕਰਦੇ ਹਾਂ ਪਹਿਲਾਂ ਕਿ ਬੱਚੇ ਇਸ ਤਰ੍ਹਾਂ ਦਾ ਉੱਤਰ ਦੇਣਗੇ। ਅਤੇ ਲਾਸਟ ਜਿਹੜਾ ਕੁਐਸਚਨ ਹੈ, ਕਿਉਂਕਿ ਅਸੀਂ ਉਹ ਟੋਪਿਕ ਕਰਾਉਣਾ ਹੁੰਦਾ ਅਤੇ ਉਹਦੇ ਨਾਲ ਸੰਬੰਧਿਤ ਵਿਦਿਆਰਥੀ ਜਿਹੜਾ ਸਹੀ ਉੱਤਰ ਹੈ ਉਹ ਨਹੀਂ ਦੇ ਪਾਉਣਗੇ, ਅਤੇ ਉਸ ਤੋਂ ਬਾਅਦ ਅਸੀਂ ਜਿਹੜਾ ਉਪ ਵਿਸ਼ਾ ਉਹਦੀ ਜਿਹੜੀ ਘੋਸ਼ਣਾ ਉਹ ਕਰਨੀ ਹੁੰਦੀ ਹੈ। ਅਤੇ ਸਾਰਾ ਜਿਹੜਾ ਲੈਸਨ ਪਲੈਨ ਆ ਤੁਹਾਡਾ ਫਿਊਚਰ ਦੇ ਵਿੱਚ ਹੋਣਾ ਜ਼ਰੂਰੀ ਹੈ, ਕਿਉਂਕਿ ਪਲੈਨ ਅਸੀਂ ਅੱਜ ਕਰ ਰਹੇ ਹਾਂ ਲੈਸਨ ਨੂੰ, ਅਤੇ ਡਿਲੀਵਰ ਅਸੀਂ ਕਦੋਂ ਕਰਨਾ ਹੈ, ਪੜ੍ਹਾਉਣਾ ਕਦੋਂ ਹੈ ਅਸੀਂ ਕੱਲ੍ਹ ਨੂੰ। ਉਪ ਵਿਸ਼ੇ ਦੀ ਘੋਸ਼ਣਾ ਕਰਨ ਤੋਂ ਬਾਅਦ ਤੁਸੀਂ ਅਗਲੇ ਪੇਜ 'ਤੇ, ਮੀਨਜ਼ ਜਿਹੜਾ ਅੱਗੇ ਤੁਹਾਡਾ ਲੈਫਟ ਸਾਈਡ ਪੇਜ ਆ ਉਹਦੇ 'ਤੇ ਦੋ ਕੋਲਮ ਬਣਾਉਣੇ ਹੈ, ਅਤੇ ਸੇਮ ਪੈਰਲਰ ਮੈਂ ਨਾਲ ਦੀ ਨਾਲ ਹੀ ਤੁਹਾਨੂੰ ਦਿਖਾ ਦਿੰਦੀ ਹਾਂ, ਅਤੇ ਇੱਧਰ ਤੁਸੀਂ ਨੇ ਅਗਲੇ ਦੋ ਕੋਲਮ ਬਣਾਉਣੇ ਆ। ਇਹ ਜਿਹੜੇ ਚਾਰੋ ਕੋਲਮ ਨੇ ਪੈਰਲਰ ਚੱਲਣੇ, ਮੀਨਸ ਇਕੱਠੇ ਚੱਲਣੇ ਆ। ਜਿਹੜਾ ਤੁਸੀਂ ਪਹਿਲੇ ਕੋਲਮ ਦੇ ਵਿੱਚ ਲਿਖ ਰਹੇ ਹੋ ਉਹਦੇ ਅਕੋਰਡਿੰਗ ਦੂਸਰਾ, ਤੀਸਰਾ ਅਤੇ ਚੌਥਾ ਕੋਲਮ ਕੰਪਲੀਟ ਹੋਣਗੇ। ਇਸ ਕਰਕੇ ਇਹਨਾਂ ਨੂੰ ਇੱਧਰ ਉੱਧਰ ਨਹੀਂ ਕਰਨਾ। ਜੇਕਰ ਤੁਹਾਡੀ ਨੋਟਬੁੱਕ ਵੱਡੀ ਹੈ ਤਾਂ ਤੁਸੀਂ ਚਾਰੇ ਕੋਲਮ ਤੁਹਾਡੇ ਇੱਕ ਬੁੱਕ ਪੇਜ 'ਤੇ ਹੋਣਗੇ, ਅਤੇ ਜੇਕਰ ਜਿਵੇਂ ਤੁਹਾਨੂੰ ਮੈਂ ਦਿਖਾਈ ਹੈ ਲੰਬੇ ਪੇਜਸ ਵਾਲੀ ਹੈ ਤਾਂ ਦੋ ਕੋਲਮ ਇੱਕ ਪੇਜ 'ਤੇ ਅਤੇ ਦੋ ਅਗਲੇ ਪੇਜ 'ਤੇ ਹੋਣਗੇ। ਫਿਰ ਤਾਂ ਤੁਸੀਂ ਵਿਸ਼ਾ ਵਸਤੂ ਲਿਖਣਾ ਹੈ, ਫਿਰ ਵਿਸ਼ੇ ਵਸਤੂ ਨੂੰ ਤੁਸੀਂ ਕਿਸ ਤਰੀਕੇ ਨਾਲ ਪੜ੍ਹਾਉਣਾ ਉਹਦੇ ਬਾਰੇ ਤੁਸੀਂ ਲਿਖੋਗੇ ਕਿ ਜਾਣਕਾਰੀ ਦੇਵੇਗੀ, ਚਾਰਟ ਦਿਖਾਏਗੀ, ਬਲੈਕਬੋਰਡ 'ਤੇ ਲਿਖੇਗੀ ਲਿਖੇਗਾ, ਉਹਦੇ ਅਕੋਰਡਿੰਗ ਤੁਸੀਂ ਫਿਊਚਰ ਦੇ ਵਿੱਚ ਇਹਨੂੰ ਲਿਖਣਾ ਹੈ। ਪਹਿਲਾਂ ਮੈਂ ਤੁਹਾਨੂੰ ਜਿਹੜਾ ਪੂਰਾ ਫਸਟ ਅਤੇ ਸੈਕਿੰਡ ਕੋਲਮ ਉਹ ਦਿਖਾ ਦਿੰਦੀ ਹਾਂ। ਮੀਨਜ਼ ਜੋ ਵੀ ਤੁਹਾਡਾ ਪੜ੍ਹਾਉਣ ਵਾਲਾ ਕੰਟੈਂਟ ਹੈ ਉਹਨੂੰ ਤੁਸੀਂ ਨੇ ਪਹਿਲੇ ਕੋਲਮ ਦੇ ਵਿੱਚ ਲਿਖਣਾ ਹੈ, ਅਤੇ ਦੂਸਰੇ ਕੋਲਮ ਦੇ ਵਿੱਚ ਲਿਖਣਾ ਕਿ ਤੁਸੀਂ ਉਹਨੂੰ ਕਿਸ ਢੰਗ ਨਾਲ ਪੜ੍ਹਾਉਣਾ ਹੈ। ਅਤੇ ਹੁਣ ਇਹਦੇ ਨਾਲ ਹੀ ਮੈਂ ਤੀਸਰਾ ਅਤੇ ਚੌਥਾ ਕੋਲਮ ਤੁਹਾਨੂੰ ਦਿਖਾ ਰਹੀ ਹਾਂ। ਹੁਣ ਜੇਕਰ ਬੱਚੇ ਅਸੀਂ ਸੈਕਿੰਡ ਕੋਲਮ 'ਚ ਲਿਖ ਰਹੇ ਹਾਂ ਕਿ ਵਿਦਿਆਰਥੀ ਅਧਿਆਪਕਾ ਧਿਆਨ ਨਾਲ ਸਮਝਾਏਗੀ ਜਾਂ ਬਲੈਕਬੋਰਡ 'ਤੇ ਲਿਖ ਕੇ ਸਮਝਾਏਗੀ, ਤਾਂ ਵਿਦਿਆਰਥੀ ਉਹਦੇ ਅਕੋਰਡਿੰਗ ਧਿਆਨ ਨਾਲ ਸੁਣਨਗੇ ਅਤੇ ਸਮਝਣਗੇ। ਅਤੇ ਇਹ ਚਾਰਟ ਹੈ ਜਿਹਦੇ 'ਚ ਪ੍ਰਕਿਰਤਿਕ ਸੰਖਿਆਵਾਂ, ਪੂਰਨ ਸੰਖਿਆਵਾਂ, ਸੰਪੂਰਨ ਸੰਖਿਆਵਾਂ, ਪਰਮੇਯ ਸੰਖਿਆਵਾਂ, ਇਹ ਸਾਰਾ ਕੁਛ ਇਹਦੇ ਵਿੱਚ ਲਿਖਿਆ ਗਿਆ। ਅਤੇ ਹੁਣ ਜਦੋਂ ਚਾਰਟ ਤੋਂ ਦੇਖ ਕੇ ਸਮਝਾਉਣਾ ਤਾਂ ਵਿਦਿਆਰਥੀ ਚਾਰਟ ਦੀ ਸਹਾਇਤਾ ਨਾਲ ਦੇਖ ਕੇ ਧਿਆਨ ਨਾਲ ਸਮਝਣਗੇ ਅਤੇ ਕਾਪੀਆਂ ਦੇ ਉੱਪਰ ਨੋਟ ਕਰਨਗੇ। ਹਾਫ ਲੈਸਨ ਕੰਪਲੀਟ ਹੋਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਵਿਭਾਗੀ ਦੁਹਰਾਈ।
ਤੁਸੀਂ ਇਹਨੂੰ ਕਿਵੇਂ ਵੀ ਬਣਾ ਸਕਦੇ ਹੋ, ਇੱਦਾਂ ਸਿੰਪਲ ਵੀ ਲਿਖ ਸਕਦੇ ਹੋ ਜਾਂ ਤੁਸੀਂ ਜਿਵੇਂ ਬੱਚੇ ਨੇ ਡੈਕੋਰੇਟ ਕੀਤਾ ਐਵੇਂ ਵੀ ਕਰ ਸਕਦੇ ਹੋ। ਇਹਦੇ 'ਚ ਤੁਹਾਡੇ ਸਿਰਫ 3-4 ਜਿਹੜੇ ਕੁਸ਼ਚਨ ਨੇ ਉਹ ਹੋਣਗੇ, ਜਿੰਨਾ ਕੁ ਤੁਸੀਂ ਪੜ੍ਹਾਇਆ ਉਹਦੇ ਵਿੱਚੋਂ ਹੀ ਜਿਹੜੇ ਪ੍ਰਸ਼ਨ ਨੇ ਉਹ ਪੁੱਛਣੇ ਆ ਅਤੇ ਲਿਖਣੇ ਆ, ਅਤੇ ਇਹਨਾਂ ਦੇ ਉੱਤਰ ਨਹੀਂ ਲਿਖਣੇ। ਅਤੇ ਫਿਰ ਉਸ ਤੋਂ ਅੱਗੇ ਤੁਸੀਂ ਫਿਰ ਉਸ ਤਰੀਕੇ ਨਾਲ ਹੀ ਕੰਟੀਨਿਊ ਕਰਨਾ, 4 ਕੋਲਮ ਬਣਾਉਣੇ ਆ, 2 ਇਸ ਪੇਜ 'ਤੇ ਅਤੇ 2 ਅਗਲੇ ਪੇਜ 'ਤੇ। ਵਿਸ਼ਾ ਵਸਤੂ ਵਿਦਿਆਰਥੀ ਅਧਿਆਪਕ ਕਿਰਿਆ, ਵਿਦਿਆਰਥੀ ਕਿਰਿਆ ਅਤੇ ਬਲੈਕਬੋਰਡ 'ਤੇ ਸਹਾਇਕ ਸਮੱਗਰੀ ਵਾਲਾ ਕੋਲਮ। ਵਿਸ਼ਾ ਵਸਤੂ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਾਰਾ ਜਿਹੜਾ ਵਿਸ਼ਾ ਵਸਤੂ ਜੋ ਤੁਸੀਂ ਇੱਕ ਐਗਜ਼ਾਮਪਲ ਲੈ ਕੇ ਕਰਵਾ ਰਹੇ ਹੋ ਉਹ ਤੁਸੀਂ ਇੱਥੇ ਲਿਖਣਾ, ਅਤੇ ਇੱਧਰ ਲਿਖਣਾ ਵਿਦਿਆਰਥੀ ਅਧਿਆਪਕ ਵਿਦਿਆਰਥੀ ਨੂੰ ਬਲੈਕਬੋਰਡ ਦੀ ਸਹਾਇਤਾ ਦੇ ਨਾਲ ਜਿਹੜੀਆਂ ਪਰਮੇਹ ਸੰਖਿਆਵਾਂ ਨੇ ਉਹਨਾਂ ਦੇ ਲਈ ਗੁਣ ਦੀ ਜੋੜ ਅਤੇ ਵੰਡਸ਼ੀਲਤਾ ਬਾਰੇ ਸੰਪੂਰਨ ਜਾਣਕਾਰੀ ਦੇਵੇਗੀ। ਹੁਣ ਕਿਸ ਤਰੀਕੇ ਨਾਲ ਸਮਝਾਉਣਾ ਅਧਿਆਪਕ ਨੇ? ਬਲੈਕਬੋਰਡ ਦੀ ਸਹਾਇਤਾ ਦੇ ਨਾਲ, ਵਿਦਿਆਰਥੀ ਅਧਿਆਪਕ ਬਲੈਕਬੋਰਡ ਦੀ ਸਹਾਇਤਾ ਦੇ ਨਾਲ ਪੂਰਾ ਜਿਹੜਾ ਕੁਸ਼ਚਨ ਆ ਉਹਨੂੰ ਸਮਝਾਏਗੀ ਜਾਂ ਹੱਲ ਕਰਵਾਏਗੀ। ਅਤੇ ਜਦੋਂ ਤੁਸੀਂ ਬਲੈਕਬੋਰਡ 'ਤੇ ਕੰਮ ਕਰਾ ਰਹੇ ਹੋ ਤਾਂ ਵਿਦਿਆਰਥੀ ਧਿਆਨ ਨਾਲ ਦੇਖਣਗੇ ਅਤੇ ਬਲੈਕਬੋਰਡ ਤੋਂ ਦੇਖ ਕੇ ਆਪਣੀਆਂ ਕਾਪੀਆਂ 'ਤੇ ਨੋਟ ਕਰਨਗੇ। ਨਾਲ ਇਹ ਵੀ ਤੁਸੀਂ ਨੇ ਜ਼ਰੂਰ ਲਿਖਣਾ ਹੈ, ਫਿਰ ਬਲੈਕਬੋਰਡ 'ਤੇ ਜਿਹੜਾ ਲਿਖਣਾ ਸੀ ਤੁਸੀਂ ਨੇ ਸਮ ਸੋਲਵ ਕਰਨਾ, ਉਹਨੂੰ ਉੱਥੇ ਤੁਸੀਂ ਜ਼ਰੂਰ ਪੂਰਾ ਲਿਖਣਾ। ਇਸ ਗੱਲ ਨੂੰ ਬੱਚੇ ਧਿਆਨ ਦੇ ਵਿੱਚ ਰੱਖਿਓ, ਜੋ ਤੁਸੀਂ ਕੁਛ ਲਿਖ ਰਹੇ ਹੋ ਸਹੀ ਹੋਣਾ ਚਾਹੀਦਾ, ਕਿਉਂਕਿ ਇਸ ਕਾਪੀ ਦੇ ਵਿੱਚ ਵੀ ਕੋਈ ਮਿਸਟੇਕ ਹੋ ਸਕਦੀ ਹੈ, ਤਾਂ ਇਸ ਗੱਲ ਤੁਸੀਂ ਨੇ ਖੁਦ ਧਿਆਨ ਦੇ ਵਿੱਚ ਰੱਖਣਾ। ਅਤੇ ਫਿਰ ਵਿਦਿਆਰਥੀ ਬਲੈਕਬੋਰਡ ਦੀ ਸਹਾਇਤਾ ਨਾਲ ਮੀਨਸ ਕਿ ਬਲੈਕਬੋਰਡ ਤੋਂ ਦੇਖ ਕੇ ਆਪਣੀਆਂ ਕਾਪੀਆਂ 'ਤੇ ਨੋਟ ਕਰਨਗੇ। ਹਾਂਜੀ ਬਿਲਕੁਲ, ਐਂਡ 'ਤੇ ਆਏਗਾ ਅੰਤਿਮ ਦੁਹਰਾਈ, ਮੀਨਸ ਜਿੰਨਾ ਤੁਸੀਂ ਟੋਪਿਕ ਕਰਵਾਇਆ ਉਹਦੇ ਵਿੱਚੋਂ ਤੁਸੀਂ ਨੇ ਪ੍ਰਸ਼ਨ ਪੁੱਛਣੇ ਆ ਅਤੇ ਇਹਦੇ ਵੀ ਉੱਤਰ ਨਹੀਂ ਲਿਖਣੇ। ਇਹਦੇ ਨਾਲ ਇਹ ਪਤਾ ਲੱਗਦਾ ਕਿ ਅਸੀਂ ਜੋ ਬੱਚਿਆਂ ਨੂੰ ਪੜ੍ਹਾਇਆ ਸੀ ਉਹਦੇ ਵਿੱਚੋਂ ਵਿਦਿਆਰਥੀਆਂ ਨੂੰ ਕਿੰਨਾ ਸਮਝ ਆਇਆ। ਦੈਨ ਹੋਮਵਰਕ, ਅਤੇ ਜਿਸ ਤਰ੍ਹਾਂ ਦਾ ਤੁਹਾਡਾ ਟੋਪਿਕ ਹੈ ਤੁਸੀਂ ਉਹਦੇ ਅਕੋਰਡਿੰਗ ਜਿਹੜਾ ਆਪਣਾ ਹੋਮਵਰਕ ਬੱਚਿਆਂ ਨੂੰ ਦੇਣਾ, ਹੋਮਵਰਕ ਕ੍ਰੀਏਟਿਵ ਵੀ ਹੋਣਾ ਚਾਹੀਦਾ ਅਤੇ ਖੁਦ ਬੱਚੇ ਕਰਨ, ਉਹਨੂੰ ਇਸ ਤਰ੍ਹਾਂ ਦਾ ਹੋਵੇ। ਇਹ ਨਹੀਂ ਹੈ ਕਿ ਤੁਸੀਂ ਜੋ ਕੰਮ ਕਲਾਸ ਦੇ ਵਿੱਚ ਕਰਵਾਇਆ ਸੀ ਉਹੀ ਉਹਨਾਂ ਨੂੰ ਕਰਕੇ ਆਉਣ ਦੇ ਲਈ ਕਹਿਤਾ, ਤਾਂ ਉਹ ਬੱਚੇ ਕਦੇ ਵੀ ਇਸ ਤਰੀਕੇ ਨਾਲ ਨਹੀਂ ਕਰਨਗੇ। ਡੀਅਰ ਸਟੂਡੈਂਟਸ, ਮੈਂ ਉਮੀਦ ਕਰਦੀ ਹਾਂ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ। ਥੈਂਕਸ ਫੋਰ ਵਾਚਿੰਗ।